ਸਤਿ ਸ਼੍ਰੀ ਅਕਾਲ ਜੀ। ਆ ਇੱਕ ਆ ਵੀਡੀਓ ਬਣਾਉਣ ਲੱਗੇ ਹਾਂ ਆਪਾਂ ਸਪੀਡ ਐਂਡ ਡਿਸਟੈਂਸ ਦੇ ਵਾਲੇ ਸਵਾਲਾਂ ਦੀ, ਅਤੇ ਇਹਦੇ ਇਸ ਵੀਡੀਓ ਦੇ ਵਿੱਚ ਆਪਾਂ ਚਾਰ ਚੀਜ਼ਾਂ ਕਵਰ ਕਰਨੀਆਂ। ਇੱਕ ਤਾਂ ਟ੍ਰੇਨ ਪੋਲ ਵਾਲੇ ਸਮ ਆ ਕੇ ਟ੍ਰੇਨ ਜਾਂਦੀ ਹੈ ਅਤੇ ਇੱਕ ਪੋਲ, ਠੀਕ ਆ, ਟ੍ਰੇਨ 'ਤੇ ਪਲੇਟਫਾਰਮ, ਟ੍ਰੇਨ ਦੀ ਲੈਂਥ ਇੰਨੀ, ਪਲੇਟਫਾਰਮ ਦੀ ਇੰਨੀ ਇੰਨੀ ਸਪੀਡ ਆ, ਉਹ ਵਾਲੇ। ਫਿਰ ਟ੍ਰੇਨ ਮਤਲਬ ਕਿ ਇੱਕ ਟ੍ਰੇਨ ਇੱਧਰੋਂ ਜਾ ਰਹੀ ਆ, ਦੂਸਰੀ ਟ੍ਰੇਨ ਇੱਧਰੋਂ ਆ ਰਹੀ ਆ, ਇੱਕ ਦੂਜੇ ਨੂੰ ਕ੍ਰੋਸ ਕਿੰਨੇ ਟਾਈਮ ਦੇ ਵਿੱਚ ਕਰਨਗੀਆਂ, ਠੀਕ ਆ। ਫਿਰ ਟ੍ਰੇਨ ਇਨ ਸੇਮ ਡਾਇਰੈਕਸ਼ਨ, ਮਤਲਬ ਕਿ ਇੱਕ ਆਹ ਡਾਇਰੈਕਸ਼ਨ 'ਚ, ਇਹ ਦੂਸਰੀ ਵੀ ਇਸ ਡਾਇਰੈਕਸ਼ਨ 'ਚ, ਇਹ ਕਿੰਨੇ ਟਾਈਮ ਦੇ ਵਿੱਚ ਕ੍ਰੋਸ ਕਰਨਗੀਆਂ। ਆਪਾਂ ਇਹਦੇ ਵਿੱਚ ਚਾਰ ਤਰ੍ਹਾਂ ਦੇ ਸਵਾਲ ਡਿਸਕਸ ਕਰਨੇ ਆ, ਕਿਉਂਕਿ ਇੱਕ ਹੀ ਸਵਾਲ ਦੇ ਅਲੱਗ ਅਲੱਗ ਮਤਲਬ ਕਿ ਪਾਰਟ ਆ, ਇਸ ਕਰਕੇ ਮੈਂ ਅਲੱਗ ਅਲੱਗ ਚਾਰ ਵੀਡੀਓ ਨਹੀਂ ਬਣਾ ਰਿਹਾ, ਮੈਂ ਇੱਕ ਹੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸੂੰਗਾ, ਠੀਕ ਆ। ਇਹ ਤੁਹਾਨੂੰ ਆਹ ਵਾਲੀ ਜਿਹੜੀ ਮੇਰੀ ਪਲੇਲਿਸਟ ਹੈ ETT ਮੈਥੇਮੈਟਿਕਸ, ਇਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਮਤਲਬ ਮਿਲ ਜਾਣਗੀਆਂ। ਤਾਂ ਹੁਣ ਚਲੋ ਆਪਾਂ ਮੁੱਦੇ ਵੱਲ ਨੂੰ ਆਈਏ ਕਿ ਮੰਨ ਲਓ ਇੱਕ ਟ੍ਰੇਨ ਆ, ਠੀਕ ਆ, ਇੱਕ ਆਹ ਮੰਨ ਲਓ ਇੱਦਾਂ ਇੱਕ ਆਹ ਟ੍ਰੇਨ ਆ, ਹੁਣ ਆਹ ਇੱਕ ਪੋਲ ਆ। ਮਤਲਬ ਕਿ ਆਪਾਂ ਪਹਿਲਾਂ ਆਪਾਂ ਇਹ ਇਹਨੂੰ ਸਮਝਣਾ ਕਦਾ। ਹੁਣ ਦੇਖੋ ਕਿ ਜੇ ਇਹ ਟ੍ਰੇਨ ਇਹਨੇ ਪੋਲ ਨੂੰ ਕ੍ਰੋਸ ਕਰਨਾ ਤਾਂ ਇਹਨੂੰ ਕਿੰਨੀ ਡਿਸਟੈਂਸ ਟਰੈਵਲ ਕਰਨੀ ਪਊਗੀ। ਆਹ ਦੇਖੋ ਕਿ ਇਹ ਜਿਹੜਾ ਪੋਲ ਆ, ਆਹ ਟ੍ਰੇਨ ਪਹਿਲੇ ਮਤਲਬ ਕਿ ਇੱਥੇ ਇੱਥੇ ਹੋਊਗੀ, ਫਿਰ ਜਦੋਂ ਇਹ ਕ੍ਰੋਸ ਕਰੂਗੀ, ਕ੍ਰੋਸ ਕਰਨ ਦਾ ਮਤਲਬ ਪਤਾ ਕੀ ਹੈ, ਜਿਹੜੀ ਆਹ ਇਹਦਾ ਇੰਜਣ ਵਾਲਾ ਪਾਸਾ ਆ, ਆਹ ਇਹਦੀ ਪੂਛ ਵਾਲਾ ਪਾਸਾ, ਅਤੇ ਜਦੋਂ ਇਹ ਅੱਗੇ ਆ ਗਈ, ਮਤਲਬ ਕਿ ਆਹ ਸਿਚੁਏਸ਼ਨ ਦੇ ਵਿੱਚ ਆਹ ਪੋਲ ਆ ਅਤੇ ਆਹ ਇੰਜਣ ਵਾਲਾ ਪਾਸਾ, ਆਹ ਵਾਲਾ ਇੱਥੇ ਚਲ ਗਿਆ ਅਤੇ ਆਹ ਪੂਛ ਵਾਲਾ ਇੱਥੇ ਚਲ ਗਿਆ, ਅਤੇ ਇਹਦਾ ਮਤਲਬ ਕੀ ਆ ਕਿ ਇਹ ਟ੍ਰੇਨ ਉਹਨੂੰ ਕ੍ਰੋਸ ਕਰ ਗਈ, ਠੀਕ ਆ। ਹੁਣ ਤੁਸੀਂ ਧਿਆਨ ਦੇ ਨਾਲ ਦੇਖੋ ਕਿ ਜੇ ਆਪਾਂ ਇਹਦੇ ਹਿਸਾਬ ਦੇ ਨਾਲ ਮੈਜ਼ਰ ਕਰਨਾ ਸ਼ੁਰੂ ਕਰੀਏ, ਆਹ ਮਤਲਬ ਕਿ ਇਹਦੇ ਇੰਜਣ ਦੇ ਹਿਸਾਬ ਦੇ ਨਾਲ, ਹੁਣ ਇੰਜਣ ਕੀ ਆ, ਪਹਿਲਾਂ ਇਹ ਜਗ੍ਹਾ 'ਤੇ ਸੀਗਾ, ਫਿਰ ਇਹ ਜਗ੍ਹਾ 'ਤੇ ਆ ਗਿਆ। ਹੁਣ ਇੰਜਣ ਨੇ ਕਿੰਨੀ ਡਿਸਟੈਂਸ ਟਰੈਵਲ ਕੀਤੀ ਆ, ਇੰਜਣ ਨੇ ਡਿਸਟੈਂਸ ਟਰੈਵਲ ਕੀਤੀ ਆ ਜਿੰਨੀ ਉਹ ਟ੍ਰੇਨ ਦੀ ਟੋਟਲ ਲੈਂਥ ਆ, ਠੀਕ ਆ। ਹੁਣ ਆਪਾਂ ਚਲੋ ਇਹਨੂੰ ਉਲਟਾ ਮਤਲਬ ਕਿ ਉਲਟਾ ਕਰਕੇ ਸੋਚਦੇ ਹਾਂ, ਮਤਲਬ ਕਿ ਇਹਨੂੰ ਰੈਲੇਟਿਵ ਸਪੀਡ ਦੇ ਹਿਸਾਬ ਦੇ ਨਾਲ ਆਪਾਂ ਸੋਚਦੇ ਹਾਂ। ਮੰਨ ਲਓ ਆਹ ਟ੍ਰੇਨ ਕੋਈ ਖੜ੍ਹੀ ਆ ਜਿਹਦੀ ਡਿਸਟੈਂਸ ਐਲ ਆ, ਅਤੇ ਇੱਕ ਆ ਪੋਲ ਆ, ਪੋਲ ਪਹਿਲੇ ਇੱਥੇ ਆਪਾਂ ਪੋਲ ਨੂੰ ਤੋਰਨਾ ਸ਼ੁਰੂ ਕਰਤਾ, ਮਤਲਬ ਕਿ ਜਾਂ ਪੋਲ ਨੂੰ ਤੋਰ ਲਓ ਅਤੇ ਜਾਂ ਤੁਸੀਂ ਟ੍ਰੇਨ ਨੂੰ ਤੋਰ ਲਓ। ਪੋਲ ਪਹਿਲਾਂ ਇੱਥੇ ਸੀਗਾ, ਫਿਰ ਪੋਲ ਇੱਥੇ ਚਲ ਗਿਆ, ਪੂਰੀ ਡਿਸਟੈਂਸ ਕਿੰਨੀ ਐਲ ਤੈਅ ਕਰੂਗੀ, ਠੀਕ ਆ। ਅਤੇ ਇਹ ਮਤਲਬ ਕਿ ਇੱਕ ਦੂਸਰਾ ਸੋਚਣ ਦਾ ਨਜ਼ਰੀਆ, ਮਤਲਬ ਕਿ ਇੱਕ ਚੀਜ਼ ਨੂੰ ਤੁਸੀਂ ਰੈਸਟ 'ਤੇ ਰੱਖ ਲਓ, ਦੂਸਰੀ ਚੀਜ਼ ਨੂੰ ਮੂਵ ਕਰਾ ਲਓ, ਠੀਕ ਆ। ਅਤੇ ਇਹ ਅਸਲ ਦੇ ਵਿੱਚ ਸਾਇੰਸ ਵਾਲੇ ਲੋਕ, ਫਿਜਿਕਸ ਵਾਲੇ ਜਲਦ ਵਧੀਆ ਤਰੀਕੇ ਨਾਲ ਸਮਝ ਕਰਨਾ, ਇਹਨੂੰ ਰੈਲੇਟਿਵ ਵੈਲੋਸਿਟੀ ਕਹਿੰਦੇ ਆ, ਅਤੇ ਉਹ ਇਸ ਤਰੀਕੇ ਨੂੰ ਸਮਝ ਲੈਣਗੇ, ਪਰ ਤੁਸੀਂ ਆ ਪਹਿਲਾਂ ਹੀ ਚਾਹੇ ਸਮਝ ਕੇ ਰੱਖਿਓ, ਠੀਕ ਆ। ਅਤੇ ਹੁਣ ਮਤਲਬ ਇੰਨੇ ਪੋਲ ਨੂੰ ਕ੍ਰੋਸ ਕਰਨ ਲਈ ਕਿੰਨੀ ਡਿਸਟੈਂਸ ਟਰੈਵਲ ਕਰਨੀ ਆ, ਇਹਨੇ ਕਿੰਨੀ ਟਰੈਵਲ ਕਰਨੀ ਆ, ਇਹਨੇ ਟਰੈਵਲ ਕਰਨੀ ਹੈਗੀ ਆ ਜਿੰਨੀ ਇਹਦੀ ਆਪਣੀ ਇਹਦੀ ਲੈਂਥ ਆ, ਠੀਕ ਆ। ਅਤੇ ਬਸ ਆਹ ਇੰਨਾ ਕੰਸੈਪਟ ਆ ਇਸ ਚੀਜ਼ ਦਾ। ਅਤੇ ਬਸ ਇਹ ਤੋਂ ਅੱਗੇ ਆਪਾਂ ਇੱਕ ਸਵਾਲ ਕੱਢ ਲੈਂਦੇ ਹਾਂ ਕਿ ਇੱਕ ਟ੍ਰੇਨ ਦੀ ਜਿਹੜੀ ਹੈਗੀ ਆ, ਜਿਹੜੀ ਲੈਂਥ ਆ, ਸਪੀਡ ਆ, ਉਹ ਹੈਗੀ ਆ 60 ਕਿਲੋਮੀਟਰ ਪਰ ਆਰ, ਅਤੇ ਉਹ ਇੱਕ ਪੋਲ ਨੂੰ 18 ਸੈਕਿੰਡ ਦੇ ਵਿੱਚ ਪਾਸ ਕਰ ਦਿੰਦੀ ਆ। ਹੁਣ ਦੱਸੋ ਕਿ ਇਹ ਮਤਲਬ ਕਿੰਨੀ, ਮਤਲਬ ਕਿ ਇਹਦੀ ਟ੍ਰੇਨ ਦੀ ਲੈਂਥ ਕੀ ਆ, ਇਹ ਕੱਢਣ ਨੂੰ ਕਿਹਾ ਹੋਇਆ। ਹੁਣ ਚਲੋ ਆਪਾਂ ਇਹਨੂੰ ਦੇਖਦੇ ਹਾਂ ਹੁਣ ਕਿੱਦਾਂ ਸੋਚਣਾ ਕਿੱਦਾਂ। ਹੁਣ ਪਹਿਲੇ ਤਾਂ ਗੱਲ ਆ ਕਿਲੋਮੀਟਰ ਅਤੇ ਆਰ, ਇੱਥੇ ਆਪਣੇ ਸੈਕਿੰਡ ਆ, ਮਤਲਬ ਕਿ ਅਲੱਗ ਅਲੱਗ ਯੂਨਿਟ ਆ, ਜਿੱਦਾਂ ਟਾਈਮ ਦੇ ਆ, ਮਤਲਬ ਕਿ ਘੰਟੇ ਆ ਅਤੇ ਇਹ ਸੈਕਿੰਡ ਆ, ਮਤਲਬ ਕਿ ਇਹਨਾਂ ਨੂੰ ਆਪਾਂ ਨੂੰ ਘੰਟੇ ਬਣਾਉਣਾ ਪੈਣਾ, ਅਤੇ ਕਿਲੋਮੀਟਰਾਂ ਨੂੰ ਆਪਾਂ ਮੀਟਰ ਦੇ ਵਿੱਚ ਕਰ ਲਾਂਗੇ। ਮਤਲਬ ਕਿ ਕਿਲੋ ਦਾ ਮਤਲਬ ਕੀ ਹੁੰਦਾ, ਕਿਲੋ ਦਾ ਮਤਲਬ ਹੁੰਦਾ ਹੈਗਾ ਆ 1000, ਜੇ ਮਤਲਬ ਕਿ ਕਿਲੋਗ੍ਰਾਮ ਆ ਮਤਲਬ ਕਿ 1000 ਗ੍ਰਾਮ, ਕਿਲੋਮੀਟਰ ਆ ਮਤਲਬ ਕਿ 1000 ਮੀਟਰ, ਅਤੇ ਜੇ ਕਿਲੋ ਲੀਟਰ ਆ ਮਤਲਬ 1000 ਲੀਟਰ, ਠੀਕ ਆ। ਇੱਦਾਂ ਹੀ ਅਸੀਂ ਮਤਲਬ ਕਿ ਕਿਲੋ ਫਿਜਿਕਸ ਵਾਲੇ ਯੂਜ਼ ਕਰਦੇ ਆ, ਕਿਲੋ ਓਮ ਮਤਲਬ ਕਿ 1000 ਓਮ, ਇੱਦਾਂ। ਅਤੇ ਮਤਲਬ ਕਿ ਇਸ ਤਰੀਕੇ ਨਾਲ ਕਿਲੋ ਨੂੰ ਸਮਝਣਾ, ਤਾਂ ਤੁਸੀਂ ਚਲੋ। ਅਤੇ ਆਹ ਜਿਹੜਾ ਸੈਕਿੰਡ, ਇਹਨੂੰ ਇੱਧਰ ਸੈਕਿੰਡ ਦੇ ਵਿੱਚ ਵੀ ਆਪਾਂ ਕਰ ਲੈਂਦੇ ਇਹਨੂੰ। ਹੁਣ ਦੇਖੋ ਜਿਹੜੀ ਸਪੀਡ ਕਿੰਨੀ ਹੋ ਗਈ ਇਹਦੀ,
ਇਹਨੂੰ ਆਪਾਂ ਮੀਟਰ ਪਰ ਸੈਕਿੰਡ ਦੇ ਵਿੱਚ ਬਦਲਣਾ, ਠੀਕ ਆ। ਹੁਣ ਮੀਟਰ ਪਰ ਸੈਕਿੰਡ ਦੇ ਵਿੱਚ ਬਦਲਣਾ ਕੀ ਆ, ਆਦਿ 60 ਕਿਲੋਮੀਟਰ ਆ ਇੱਕ ਘੰਟੇ ਵਿੱਚ। ਹੁਣ ਆਪਾਂ 60 ਨੂੰ 1000 ਦੇ ਨਾਲ ਗੁਣਾ ਕਰਤੀ, ਠੀਕ ਆ, ਇਹ ਮੀਟਰ ਦੇ ਵਿੱਚ ਹੋ ਗਿਆ। ਅਤੇ ਜਿਹੜਾ ਆ ਇੱਕ ਘੰਟਾ ਆ ਇਹਨੂੰ 3600 ਦੇ ਨਾਲ, ਠੀਕ ਆ। ਹੁਣ ਆ ਉੱਪਰ ਕਿੰਨਾ ਹੋ ਗਿਆ, 1000 ਮੀਟਰ, ਅਤੇ ਆ ਥੱਲੇ ਸੈਕਿੰਡ ਹੋ ਗਿਆ। ਹੁਣ ਆ ਦੇਖ ਲਓ ਯੂਨਿਟ ਬਦਲ ਗਿਆ, ਹੁਣ ਆ ਚਲੋ ਆ ਕੈਂਸਲ ਆਊਟ ਹੋ ਗਿਆ, ਠੀਕ ਆ। ਅਤੇ 12 × 5 = 60 ਅਤੇ 12 × 3 = 36, ਠੀਕ ਆ। ਮਤਲਬ ਕਿ 50/3 ਇੱਦਾਂ ਕਰਕੇ, ਮਤਲਬ ਇਹ ਹੈਗਾ ਮੀਟਰ ਪਰ ਸੈਕਿੰਡ, ਠੀਕ ਆ। 50/3 ਮੀਟਰ ਪਰ ਸੈਕਿੰਡ ਇਹ ਇੰਨੀ ਇਹਦੀ ਸਪੀਡ ਆ ਗਈ। ਹੁਣ ਉਹ ਕੀ ਕਹਿ ਰਿਹਾ ਹੈ ਕਿ ਉਹ ਜਿਹੜਾ ਉਹਨੂੰ ਮਤਲਬ ਕਿ 18 ਸੈਕਿੰਡ ਦੇ ਵਿੱਚ ਕ੍ਰੋਸ ਕਰ ਲੈਂਦੀ ਆ। ਹੁਣ ਮਤਲਬ ਕਿ ਜਾਂ ਆਹ ਦੇਖ ਲਓ ਕਿ ਮਤਲਬ ਕਿ ਕਿਸ ਤਰੀਕੇ ਦੇ ਨਾਲ ਇਹ ਚੱਲੂਗਾ ਕਿ 18 ਮਤਲਬ ਕਿ ਟ੍ਰੇਨ ਦੀ ਲੈਂਥ ਕਿੰਨੀ ਹੋਊਗੀ। ਲੈਂਥ ਹੁੰਦੀ ਆ ਸਪੀਡ, ਸਪੀਡ ਇੰਟੂ ਟਾਈਮ, ਠੀਕ ਆ। ਕੁਛ ਨਹੀਂ ਆ, 50/3 ਗੁਣਾ 18 ਸੈਕਿੰਡ, ਠੀਕ ਆ। ਆਹ 1 × 3 = 3 ਅਤੇ 6 × 3 = 18, 5 × 6 = 30, 300 ਮੀਟਰ ਆ, ਠੀਕ ਆ। 300 ਮੀਟਰ ਆ, ਪਤਾ ਨਹੀਂ ਇੰਨੀ ਟ੍ਰੇਨ ਹੋਊਗੀ ਲੰਬੀ ਕਿ ਨਹੀਂ, ਪਰ ਮੇਰੇ ਕਹਿਣ ਤੋਂ ਮਤਲਬ ਇਹ ਸਵਾਲ ਵੈਸੇ ਹੀ ਮੈਂ ਇੱਥੇ ਹੁਣੀ ਕ੍ਰੀਏਟ ਕੀਤਾ ਸੀਗਾ, ਅਤੇ ਮੈਂ ਮਤਲਬ ਕਿ ਤੁਹਾਨੂੰ ਇੱਥੇ ਇਹਦੇ ਨਾਲ ਤਾਰੁਫ ਕਰਵਾ ਦਿੱਤਾ। ਚਲੋ ਇਹ ਇਸ ਤਰੀਕੇ ਦੇ ਨਾਲ ਇਹ ਕੈਲਕੂਲੇਟ ਕਰਨਾ। ਹੁਣ ਆਪਣਾ ਜਿਹੜਾ ਦੂਸਰਾ ਮਤਲਬ ਕਿ ਹੈਗਾ ਆ, ਉਹ ਹੈਗਾ ਆ ਟ੍ਰੇਨ ਅਤੇ ਪਲੇਟਫਾਰਮ ਦਾ ਕੰਸੈਪਟ, ਅਤੇ 2 ਟ੍ਰੇਨਾਂ ਦਾ ਕੰਸੈਪਟ। ਇਹ ਦੋਨੋਂ ਕੰਸੈਪਟ ਸੇਮ ਆ, ਅਤੇ ਮਤਲਬ ਕਿ ਜੇ ਇੱਕ ਤੁਸੀਂ ਸਮਝ ਲਓਗੇ ਤੁਹਾਨੂੰ ਦੂਸਰਾ ਵੀ ਸਮਝ ਆਉਣਾ। ਮਤਲਬ ਕਿ 2 ਟ੍ਰੇਨਾਂ ਵਾਲਾ ਕੰਸੈਪਟ ਪਹਿਲੇ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ। 2 ਟ੍ਰੇਨਾਂ ਵਾਲਾ ਕੰਸੈਪਟ ਹੈ ਕਿ ਜਿੱਦਾਂ ਇੱਕ ਟ੍ਰੇਨ ਇੱਧਰੋਂ ਜਾ ਰਹੀ ਆ, ਇੱਕ ਟ੍ਰੇਨ ਇੱਧਰੋਂ ਜਾ ਰਹੀ ਆ। ਇਹਦੀ ਜਿਹੜੀ ਸਪੀਡ S1 ਆ, ਇਹਦੀ ਸਪੀਡ S2 ਆ, ਠੀਕ ਆ। ਅਤੇ ਇਹ ਇੱਕ ਦੂਜੇ ਨੂੰ ਕਿੰਨੇ ਟਾਈਮ 'ਚ ਕ੍ਰੋਸ ਕਰਨਗੀਆਂ। ਹੁਣ ਦੇਖੋ ਕਿ ਇੱਕ ਟ੍ਰੇਨ ਆਹ ਆ, ਜਦੋਂ ਇਹ ਟਿਪ ਟੂ ਟਿਪ ਆਪਸ ਵਿੱਚ ਮਿਲ ਰਹੀਆਂ, ਆਹ ਏ ਟ੍ਰੇਨ ਆ, ਆਹ ਮੇਰੀ ਬੀ ਟ੍ਰੇਨ ਆ, ਠੀਕ ਆ। ਆਹ ਦੇਖੋ ਟਿਪ ਟੂ ਟਿਪ ਆਪਸ ਵਿੱਚ ਮਿਲ ਰਹੀਆਂ, ਅਤੇ ਇਹ ਮਤਲਬ ਕਿ ਇੱਕ ਦੂਜੇ ਨੂੰ ਕ੍ਰੋਸ ਕਦੋਂ ਕਰਨਗੀਆਂ, ਜਦੋਂ ਇਹਨਾਂ ਦੀ ਟੇਲ ਟੂ ਟੇਲ ਮਿਲ ਗਈ। ਮਤਲਬ ਕਿ ਜਿਹੜੀ ਆਹ ਟ੍ਰੇਨ ਏ ਇੱਥੇ ਚਲ ਗਈ, ਅਤੇ ਜਿਹੜੀ ਬੀ ਟ੍ਰੇਨ ਆ, ਬੀ ਇੱਥੇ ਆ ਗਈ, ਠੀਕ ਆ। ਹੁਣ ਦੇਖੋ ਕਿ ਇਹ ਉਸ ਕੇਸ ਦੇ ਵਿੱਚ ਇਹ ਮਤਲਬ ਪੂਰਾ ਇੱਕ ਦੂਜੇ ਨੂੰ ਕ੍ਰੋਸ ਕਰ ਜਾਣਗੀਆਂ, ਠੀਕ ਆ। ਹੁਣ ਦੇਖੋ ਜੀ ਇਹਦੀ L1 ਡਿਸਟੈਂਸ ਆ, ਅਤੇ ਇਹਦੀ L2 ਡਿਸਟੈਂਸ ਆ, ਅਤੇ ਹੁਣ ਆਹ L2 ਇੱਧਰ ਹੋ ਗਈ, ਤਾਂ ਇਹ L1 ਇੱਧਰ ਹੋ ਗਈ। ਹੁਣ ਦੇਖ ਲਓ ਕਿੰਨੀ ਡਿਸਟੈਂਸ ਇਹਨਾਂ ਨੇ ਦੋਨਾਂ ਨੇ ਤੈਅ ਕੀਤੀ ਆਪਸ ਵਿੱਚ, L1 + L2 ਇਹਨਾਂ ਨੂੰ ਆਪਸ ਵਿੱਚ ਕ੍ਰੋਸ ਕਰਨ। ਹੁਣ ਕੀ ਆ ਕਿ ਇਹ ਇੱਕ ਗੱਲ ਆ। ਹੁਣ ਜਿਹੜਾ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਸੀਗਾ ਪਲੇਟਫਾਰਮ ਵਾਲੀ ਗੱਲ, ਪਲੇਟਫਾਰਮ ਦੇ ਵਿੱਚ ਆ ਜਿਹੜੀ ਦੂਸਰੀ ਟ੍ਰੇਨ ਆ ਇਹਨੂੰ ਖੜ੍ਹੀ ਮੰਨ ਲਓ, ਠੀਕ ਆ। ਪਲੇਟਫਾਰਮ ਦਾ ਮਤਲਬ ਕਿ ਪਲੇਟਫਾਰਮ ਖੜ੍ਹਾ ਹੁੰਦਾ ਹੈ ਨਾ, ਇੱਕ ਜਗ੍ਹਾ 'ਤੇ ਹਿੱਲਦਾ ਨਹੀਂ ਹੈ ਨਾ। ਉਹਦੀ ਜਿਹੜੀ ਆ ਸਪੀਡ ਆਪਾਂ S2 ਲਈ ਆ, ਇਹਨੂੰ 0 ਲੈ ਲਓ, ਠੀਕ ਆ। ਹੁਣ ਸੇਮ ਤਰੀਕੇ ਦੇ ਨਾਲ ਉੱਥੇ ਸੋਚੋ। ਹੁਣ ਦੇਖੋ ਕਿ ਆਹ ਇੱਕ ਟ੍ਰੇਨ ਆਈ, ਇਹ ਆਹ ਪਲੇਟਫਾਰਮ ਆ, ਠੀਕ ਆ, ਆਹ ਪਲੇਟਫਾਰਮ ਆ ਆਪਣਾ। ਹੁਣ ਇਹ ਕੀ ਆ, ਪਲੇਟਫਾਰਮ ਤੋਂ ਇਹਦੀ ਹੈਗੀ L1, ਇਹ ਹੈਗੀ L2। ਹੁਣ ਦੇਖੋ ਕਿ ਆਹ ਟਿਪ ਜੀ ਇੱਥੇ ਇੰਜਣ ਆਇਆ, ਅਤੇ ਜਦੋਂ ਇੱਥੇ ਬਾਹਰ ਗਿਆ, ਮਤਲਬ ਕਿ ਆਹ ਬਾਹਰ ਇੱਥੇ ਗਿਆ, ਮਤਲਬ ਕਿ ਇਹ ਟ੍ਰੇਨ ਇੱਥੇ ਆ ਗਈ L2। ਹੁਣ ਇੱਥੋਂ ਮਤਲਬ ਕਿ ਉਹ ਬਾਹਰ ਹੋ ਗਈ, ਮਤਲਬ ਕਿ ਇੰਨੀ ਡਿਸਟੈਂਸ ਟਰੈਵਲ ਕਰਨੀ ਪਊਗੀ, ਮਤਲਬ ਕਿ L1 ਸੋਰੀ। ਹੁਣ ਦੇਖੋ ਕਿ ਆਹ ਪੂਰੀ ਡਿਸਟੈਂਸ ਕਿੰਨੀ ਹੋ ਗਈ, ਆਹ ਇੰਜਣ ਦੇ ਹਿਸਾਬ ਨਾਲ ਸੋਚ ਲਓ, ਆਹ ਇਹਦੇ ਨਾਲ, ਠੀਕ ਆ। ਆਹ ਦੇਖੋ ਆਹ ਇੱਥੇ ਆਹ ਇਸ ਜਗ੍ਹਾ ਚਲ ਗਿਆ, ਅਤੇ ਹੁਣ ਆਹ ਟੋਟਲ ਡਿਸਟੈਂਸ ਮਤਲਬ ਕਿ ਇੰਨੀ ਡਿਸਟੈਂਸ ਇਹਨਾਂ ਨੇ ਟਰੈਵਲ ਕਰਨੀ ਆ, ਮਤਲਬ L2 + L1। ਮੈਂ ਆਸ ਕਰਦਾ ਤੁਹਾਨੂੰ ਇਹ ਚੀਜ਼ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਆ ਸੇਮ ਚੀਜ਼ ਹੀ 2 ਟ੍ਰੇਨਾਂ ਸੇਮ ਡਾਇਰੈਕਸ਼ਨ ਦੇ ਵਿੱਚ ਆ। ਤੀਸਰਾ ਮੈਂ ਇੱਕ ਹੋਰ ਇਹਦਾ ਕੰਸੈਪਟ ਦੱਸਦਾ ਕਿ ਜੇ ਟ੍ਰੇਨਾਂ ਸੇਮ ਡਾਇਰੈਕਸ਼ਨ ਦੇ ਵਿੱਚ ਹੋਣ,
ਹੁਣ ਆ ਵੀ ਕੰਸੈਪਟ ਸੇਮ ਹੈ ਇਹਦੇ ਵਿੱਚ ਸਰ, ਜਿਹੜਾ ਪਲੇਟਫਾਰਮ ਹੈ ਪਲੇਟਫਾਰਮ ਖੜ੍ਹਾ ਹੁੰਦਾ, ਇਸ ਕਰਕੇ ਦੂਸਰੀ ਟ੍ਰੇਨ ਨੂੰ ਤੁਸੀਂ ਮੰਨ ਸਕਦੇ ਆ ਕਿ ਉਹਦੀ ਸਪੀਡ ਜ਼ੀਰੋ ਆ, ਮਤਲਬ ਖੜ੍ਹੀ ਆ। ਹੁਣ ਚਲੋ ਆਪਾਂ, ਮੈਂ ਇੱਥੇ ਅੱਗੇ ਇੱਕ ਹੋਰ ਮਤਲਬ ਕਿ ਕੰਸੈਪਟ ਤੁਹਾਨੂੰ ਦੱਸਦਾ ਕਿ ਜੇ ਇਹ ਮਤਲਬ ਕਿ ਤੁਸੀਂ ਤਿੰਨ ਮੰਨ ਲਓ ਜੀ, ਤਿੰਨ ਮਤਲਬ ਕਿ ਤਿੰਨ ਨਹੀਂ ਆ ਵੈਸੇ ਆਹ ਇਹਦਾ ਹੀ ਅੱਗੇ ਖਿਲਾਰਾ ਆ। ਹੁਣ ਜੇ ਮੰਨ ਲਓ ਇੱਕ ਇੱਕ ਟ੍ਰੇਨ ਆ ਏ ਜਾ ਰਹੀ ਆ, ਦੂਸਰੀ ਸੇਮ ਡਾਇਰੈਕਸ਼ਨ ਦੇ ਵਿੱਚ ਇੱਕ ਹੋਰ ਟ੍ਰੇਨ ਜਾ ਰਹੀ ਹੈ ਜਿਹੜੀ ਬੀ ਆ, ਹਾਂਜੀ ਆ ਜਿਹੜਾ ਦੂਸਰਾ ਆ, ਮਤਲਬ ਕਿ ਦੋ ਟ੍ਰੇਨਾਂ ਆ ਆਪਣੇ ਕੋਲ, ਦੋਨੋਂ ਸੇਮ ਡਾਇਰੈਕਸ਼ਨ ਦੇ ਵਿੱਚ ਜਾ ਰਹੀਆਂ। ਹੁਣ ਆਪਾਂ ਇਹਨਾਂ ਨੂੰ ਸਮਝਣਾ ਕਿ ਇਹ ਕਿਸ ਤਰੀਕੇ ਦੇ ਨਾਲ ਮਤਲਬ ਕਿ ਹੋਣਗੀਆਂ। ਹੁਣ ਦੇਖੋ ਕਿ ਜਿਹੜੀ ਆ ਏ ਟ੍ਰੇਨ ਆ, ਮੰਨ ਲਓ ਆ ਏ ਟ੍ਰੇਨ ਆ, ਇੱਥੇ ਇਹਦੀ L1 ਆ। ਬੀ ਟ੍ਰੇਨ ਜਦੋਂ ਇਹਦੀ ਆ ਪੂਛ ਨੂੰ ਉਹਦਾ ਇੰਜਣ ਮਿਲਿਆ, ਮਤਲਬ ਬੀ ਆ L2 ਮਿਲਿਆ, ਮਤਲਬ ਇੰਜਣ ਦੇ ਹਿਸਾਬ ਦੇ ਨਾਲ ਆਪਾਂ ਸੋਚਣਾ, ਠੀਕ ਆ। ਆਹ ਦੇਖੋ ਆਹ ਇੱਥੇ ਸੀਗਾ, ਅਤੇ ਮਤਲਬ ਕਿ ਇਹਨੇ ਕ੍ਰੋਸ ਕਰਨਾ ਇੱਥੋਂ ਸ਼ੁਰੂ ਕਰਨਾ, ਅਤੇ ਜਦੋਂ ਬੀ ਮਤਲਬ ਕਿ ਇੱਥੇ ਚਲ ਗਈ, ਆਹ ਦੇਖੋ ਬੀ ਅਤੇ ਆ L2। ਹੁਣ ਦੇਖੋ ਕਿ ਇਹ ਉਸ ਹੁਣ ਵੀ ਕਿੰਨੀ ਡਿਸਟੈਂਸ ਤੈਅ ਕਰ ਰਿਹਾ ਹੈ, L1 ਪਲੱਸ L2। ਆਹ ਦੇਖੋ ਇਹ ਇੰਨੀ ਡਿਸਟੈਂਸ ਇੱਥੋਂ ਲੈ ਕੇ ਇੱਥੇ ਤੱਕ, ਇਹ ਕਿੰਨੀ ਡਿਸਟੈਂਸ ਹੈ, L1 ਪਲੱਸ L2। ਮਤਲਬ ਮੇਰੇ ਕਹਿਣ ਤੋਂ ਮਤਲਬ ਚਾਹੇ ਪਲੇਟਫਾਰਮ ਬੜਾ ਸਵਾਲ ਹੋਵੇ, ਅਤੇ ਚਾਹੇ ਦੋ ਟ੍ਰੇਨਾਂ ਸੇਮ ਡਾਇਰੈਕਸ਼ਨ 'ਚ ਜਾਂਦੀਆਂ ਹੁਣ, ਚਾਹੇ ਦੋ ਟ੍ਰੇਨਾਂ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾਂਦੀਆਂ ਹੁਣ, ਅਤੇ ਉਹਨਾਂ ਦੇ ਕੇਸ ਦੇ ਵਿੱਚ ਜਿਹੜਾ ਕੀ ਕਹਿੰਦੇ ਹੁੰਦੇ ਡਿਸਟੈਂਸ ਜਿਹੜੀ ਟੋਟਲ ਟਰੈਵਲ ਕਰਨੀ ਪੈਣੀ ਆ ਉਹ L1 ਪਲੱਸ L2 ਹੀ ਕਰਨੀ ਪੈਣੀ ਆ। ਮਤਲਬ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ। ਚਲੋ ਹੁਣ ਆਪਾਂ ਇਹ ਚੀਜ਼ਾਂ ਨੂੰ ਮਤਲਬ ਕਿ ਆਪਾਂ ਡਿਸਕਸ ਕਰਦੇ ਹਾਂ, ਠੀਕ ਆ। ਹੁਣ ਇੱਥੇ ਇੱਕ ਮਤਲਬ ਮੇਰੇ ਕੋਲ ਇੱਕ ਸਵਾਲ ਆ ਕਿ ਇੱਕ ਇੱਕ ਟ੍ਰੇਨ ਆ, ਠੀਕ ਆ, ਆਪਾਂ ਟ੍ਰੇਨ ਆ ਉਹਦੀ ਜਿਹੜੀ ਸਪੀਡ ਹੈਗੀ ਆ ਉਹ ਹੈਗੀ ਆ, ਮਤਲਬ ਸਪੀਡ ਹੈਗੀ ਆ 45 ਕਿਲੋਮੀਟਰ ਪਰ ਆਰ, ਠੀਕ ਆ, ਇੰਨੀ ਸਪੀਡ ਆ ਇਸ ਟ੍ਰੇਨ ਦੀ। ਅਤੇ ਉਹ ਇੱਕ ਮਤਲਬ ਕਿ ਉਹਦੀ ਲੈਂਥ ਹੈਗੀ ਆ ਜਿਹੜੀ ਟ੍ਰੇਨ ਦੀ ਹੈਗੀ ਆ ਉਹ ਹੈਗੀ 130 ਮੀਟਰ, ਠੀਕ ਆ। ਅਤੇ ਉਹ ਇੱਕ ਪਲੇਟਫਾਰਮ ਨੂੰ, ਜਿੱਦਾਂ ਹੁਣ ਆਹ ਪਲੇਟਫਾਰਮ ਹੈ ਇੱਕ, ਅਤੇ ਆਹ ਟ੍ਰੇਨ ਇਹਨੂੰ ਮਤਲਬ ਕੀ ਕਹਿੰਦੇ ਹੁੰਦੇ ਆ 30 ਸੈਕਿੰਡ ਦੇ ਵਿੱਚ ਇਹਨੂੰ ਪਾਸ ਕਰਦੀ ਆ। ਹੁਣ ਧਿਆਨ ਦੇ ਨਾਲ ਦੇਖੋ ਇਹ ਕੀ ਗੱਲ ਬਣੀ, ਆਹ ਹੈਗਾ ਆਪਣਾ ਪਲੇਟਫਾਰਮ, ਠੀਕ ਆ। ਹੁਣ ਜਿਹੜੀ ਟ੍ਰੇਨ ਆ ਆਹ ਆਈ ਇੱਥੇ, ਠੀਕ ਆ, ਹੁਣ ਅਤੇ ਇਹ ਇੱਥੋਂ ਬਾਹਰ ਨਿਕਲ ਗਈ, ਠੀਕ ਆ। ਹੁਣ ਦੇਖੋਗਾ ਆਹ L1 ਆ, ਠੀਕ ਆ, ਆਹ ਹੈਗਾ ਆਪਣਾ L2 ਅਤੇ ਆਹ L1, ਠੀਕ ਆ। ਹੁਣ ਜਿਹੜਾ L1 ਆ ਉਹ ਟ੍ਰੇਨ ਦੀ ਜਿਹੜੀ ਲੈਂਥ ਆ ਉਹ 130 ਮੀਟਰ ਆ, ਠੀਕ ਆ, 130 ਮੀਟਰ ਆ। ਹੁਣ ਤਾਂ ਆਪਾਂ ਇਹਦੀ ਲੈਂਥ ਕੱਢਣੀ, L2 ਕੈਲਕੂਲੇਟ ਕਰਨਾ ਹੈ, ਪਲੇਟਫਾਰਮ ਦੀ ਲੈਂਥ ਕੈਲਕੂਲੇਟ ਕਰਨੀ। ਹੁਣ ਕੁਛ ਨਹੀਂ, ਪਹਿਲਾਂ ਸਭ ਤੋਂ ਮਤਲਬ ਕਿ ਆਹ ਇਹਨੂੰ ਮੀਟਰਾਂ ਦੇ ਵਿੱਚ ਬਦਲੋ, 45 × 1000, ਠੀਕ ਆ, ਇਹ ਮੀਟਰ ਬਣ ਗਿਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿਲੋਮੀਟਰ ਮਤਲਬ ਕਿ ਕਿਲੋ ਮਤਲਬ 1000, ਅਤੇ ਥੱਲੇ 3600, ਠੀਕ ਆ, 15 × 30 = 45, ਆਹ 2 ਜ਼ੀਰੋਆਂ ਇੱਧਰ ਕੱਟੀਆਂ ਗਈਆਂ, 15 × 30 = 45, ਸੋਰੀ 9 × 5 = 45, ਅਤੇ 9 × 4 = 36, ਅਤੇ ਇਹ ਆਪਣਾ 10 × 5 = 50/4, ਮਤਲਬ 25/2, ਇੰਨੀ ਕੀ ਕਹਿੰਦੇ ਹੁੰਦੇ ਉਹਦੀ ਸਪੀਡ ਆ, 25/2 ਮੀਟਰ ਪਰ ਸੈਕਿੰਡ। ਹੁਣ ਦੇਖੋ ਸਪੀਡ ਇਹ ਆ, ਮਤਲਬ ਆਪਾਂ ਸਪੀਡ ਜਿਹੜੀ ਆ ਇੱਥੇ ਲਿਖਣ ਲੱਗਾ 25/2 ਮੀਟਰ ਪਰ ਸੈਕਿੰਡ, ਠੀਕ ਆ, ਬਟੇ ਸੈਕਿੰਡ ਪਰ ਮੈਨੇ ਬਟਾ, ਠੀਕ ਆ, ਅਤੇ ਪਰ ਸੈਕਿੰਡ ਆ। ਅਤੇ ਹੁਣ ਜਿਹੜਾ ਟਾਈਮ ਆ, ਟਾਈਮ ਕਿੰਨਾ ਆਪਣਾ, ਟਾਈਮ ਕਿੰਨਾ ਲਾ ਰਹੀ, ਉਹ 30 ਸੈਕਿੰਡ ਲਾ ਰਹੀ ਆ, 30 ਸੈਕਿੰਡ ਲਾ ਰਹੀ ਆ। ਹੁਣ ਉਹਨੇ ਡਿਸਟੈਂਸ ਕਿੰਨੀ ਕਵਰ ਕਰਨੀ ਆ, ਡਿਸਟੈਂਸ ਕਵਰ ਕਰਨੀ ਆ ਦੇਖੋ 130 ਮੀਟਰ, ਮਤਲਬ ਜਿਹੜੀ ਡੀ ਡਿਸਟੈਂਸ ਟਰੈਵਲ ਕਰਨੀ ਆ ਉਹ ਕਰਨੀ ਆ 130 ਮੀਟਰ, ਮਤਲਬ ਇਹਨੂੰ ਆਪਾਂ ਇੱਦਾਂ ਲਿਖ ਲੈਂਦੇ ਹਾਂ, ਪਲੱਸ ਆ L2,
ठीक है, ये इन्नी डिस्टेंस मतलब कि उन्हें ट्रैवल करनी है हुण, ते आपां ये मतलब कि कैलकुलेट करना हुण स्पीड की होंगी वा, स्पीड कितनी होंगी है, वो होंगी है डिस्टेंस ओवर टाइम, डिस्टेंस ओवर टाइम। हुण देखो इतने अपनी स्पीड कितनी है ए वाली, टाइम कितना ए आ, डिस्टेंस कितनी ए आ, बस आ इक्वल रख देना आह फार्मूला, बस ये तुसीं याद रख लियो कि रेट की हुंदा, याद नहीं है कुछ नहीं हुंदा, बस डिस्टेंस बटे टाइम, पर ये ना टाइम दे विच आपां स्पीड कैलकुलेट कर देने हां। ठीक है हुण इहनूं देख लो स्पीड कितनी आ, 25/2 इक्वल टू डिस्टेंस कितनी आ 130 मीटर प्लस L2 बटे टाइम कितना 30 सैकंड। ते हुण इहनूं आपां इधर नूं मतलब कि लै चलिए 25 × 30/2 इक्वल टू 130। ठीक है आ मीटर, आ सारे मीटर दे विच ही रिजल्ट आना, ठीक है L2 इस करके मैं इतों हटा रहा, तुहानू भुलेखा भी पै सकदा L2। ते हुण 15, हुण मेरा L2 आ देखो 130 आ, ये दूसरे पासे जाके माइनस हो गया L2, यदा मतलब हों जिदा तकड़ी नहीं है, जिदा दोनों चीज़ा बैलेंस आ, एक आ जिदा एक तकड़ी आदा इदा करके होंगी ना तकड़ी इदा करके, ते आ एक आ शाबा एक आ शाबा, ते आ जी बैलेंस आ इदा यदा हिसाब किताब जरा। पर जे आप इधर कुछ इधर सेम नम अमाउंट ऑफ वेट इधर पा दी, सेम अमाउंट ऑफ वेट पा दी इधर, तो कोई फर्क नहीं पैंता, आ सेम चीज़ ए एना होंगी है तकड़ी वाला हिसाब किताब ही है। ठीक है मेरा L2 हो गया 25 × 15 − 130। ठीक है बस इतों कैलकुलेट कर लो, 25 × 125, ठीक है हासिल है 12 25 × 25 25 × 12 37। ठीक है ये 130 माइनस कर दो तो अपना आंसर आ गया 245, 200 मेरे ख्याल 200, हाँ 45 की आना, देख लियो करके जो मैं गलती करा तो आप ही सही कर लिया फिर, वो इन्ना 245 मीटर मतलब कि वह जो प्लेटफॉर्म की जी डिस्टेंस कि नहीं होगी 245 मीटर, मतलब बहुत सौखा आ, एडा कोई बहुत ज़्यादा टफ चीज़ नहीं हैगी। तो चलो आप हूँ जोड़ा अपना अगला चीज़ है वो वालू आप वादे हैं। ठीक है तो जिहड़ी हुण आपां दो ट्रेनां वाली गल कर देनी, आपां मतलब अगली जिहड़ी गल करनी आ दो ट्रेनां वाली गल किदां करनी आ, कि एक ट्रेन की जिहड़ी लंबाई आ 100 मीटर आ ए ट्रेन की, ते बी ट्रेन की जिहड़ी लंबाई हैगी आ 150 मीटर आ। ठीक है हुण की आ कि जे ओ जिहड़ियां ट्रेनां हैगियां आ इहदी जिहड़ी स्पीड हैगी आ, जिहड़ी एक दी स्पीड हैगी 45 की कहिंदे हुंदे आ 20 आ 20 किलोमीटर, इहदी आपां ने रख लई 40 किलोमीटर। ठीक आ ये वैसे ही जनरल मैं रेंडमली सवाल बनाता, हुण जे वो सेम डायरेक्शन दे विच जाण आपां वो कैलकुलेट करना, फिर मतलब कि डिफरेंट ओपोजिट डायरेक्शन से जाण वो भी आपां डिस्कस करना। हुण जे आपां सेम डायरेक्शन दे विच आपां गल करिए, सेम डायरेक्शन दे विच जे जाण दी गल करिए, पहले देखो आ स्पीड आ तेज़ आ आ हौली आ, इहदा मतलब कि आ अगे तो निकलूगी बी वाली, तो हुण देखो कि आपां की करना इन्हां दी रैलेटिव स्पीड कितनी होगी, जिदा सेम डायरेक्शन दे विच जो जदों आपां जाने हुंदे साडे नाल जिहड़ा कोई नाल जा रहा हुंदा उह हौली हो जांदा, मतलब कि जे सेम स्पीड आ ते उहदी उह ज़्यादा मूव नहीं करदा, तो हुण देखो कि इन्हां दी रैलेटिव स्पीड कितनी होगी, रैलेटिव स्पीड आपां जे कैलकुलेट करिए रैलेटिव आर पार था, मतलब कि 40 − 20 मतलब कि 20 किलोमीटर पर आर, इनू आपां फिर मतलब कि इनू वो कर लिए 20 × 1000 मतलब कि मीटर बटे अपना 3600, तो आ गया मीटर पर सैकेंड। ठीक है आ ये कट्टेगा तो आ कोई
200 बटे 36 ठीक है ते इतने 50 का आने इतने 4 आने मतलब कि 50 बटे 9 इदा करके इहदी स्पीड आने मीटर पर सैकंड मतलब कि जिहड़ी रैलेटिव स्पीड है दोनों की। हुण देखो कि स्पीड अपनी कितनी है कि मैं इहनू फिर एस ही लिखन लगा तो ए एस स्पीड ये अपनी हैगी 50 बटे 9 ठीक है मीटर पर सैकेंड। हुण देखो तो उन्होंने डिस्टेंस किन्नी ट्रैवल करनी है हुण आ देखो आ दोनों का सम ये मैं पहला एक्सप्लेन कर चुका हाँ। हुण एक दी हैगी आ 100 प्लस दूसरी दी हैगी आ 150। हुण उन्होंने आ 150 तो आह मतलब कि 250 मीटर मतलब कि उन्होंने ट्रैवल करना ये हैगी अपनी डिस्टेंस। हुण आपां की कैलकुलेट करना आपां मतलब कि ये कैलकुलेट करना कि किन्ना कि दोनों टाइम लाउणगियां ठीक है यही आपां कैलकुलेट करना कुछ नहीं आ डी डिस्टेंस आया स्पीड आया तो हुण बस कुछ नहीं सिंपल तो हुण जिहड़ा टाइम हुंदा वो हुंदा डिस्टेंस मतलब कि 250 बटे स्पीड मतलब 50 बाय 9। हुण 50 बटे 9 का मतलब कि आ जिहड़े है ना ये थले आ जिहड़ा 9 ये नाल हेठां आया उपर जाके मल्टीप्लाई हो जाणा मतलब कि 250 बटे 50 गुणा 9 मतलब आह 50 ये मतलब कि आ 5 का आ गया 9 50 45 सैकेंड दे विच उन्हें मतलब कि एक दूजे ने क्रॉस करना ठीक है। ये पता कि सिचुएशन है जो वो सेम डायरेक्शन दे विच मूव कर दी हूँ आप एक जी अगली सिचुएशन मानते हैं कि वह ओपोजिट डायरेक्शन दे विच मूव कर रही हैं ठीक है। हूँ देखो ये जी अगली हैगी ठीक है आ देखो ओपोजिट डायरेक्शन दे विच मूव कर दी हैं फिर आप सेम ही स्पीड मान लेनी है 20 ते 40 एदी मतलब 20 आ एदी हैगी आ 40 मतलब तुम मान लो जिदा करना हुण देखो उन्हें दी रैलेटिव स्पीड कितनी होगी जदों साढ़े मतलब कि एक सामने तो आता हों तो उन्होंने जी स्पीड वो एडिशन हो जाती है ठीक है ऐड हो जाती है तो हुण इन्हां दी टोटल जी स्पीड कितनी होगी ऐड हो गया 60 किलोमीटर पर आर। हुण इहनू आपां फिर इहनू मीटर वाले मीटर सैकंड दे विच बदलीए ते 60 गुणा 1000 बटे 3600 ठीक है आ कटिया गया आ 10 तो 6 6 36 मतलब कि 100 बटे 6 करके आ कुछ जां नूं 50 बटे 3 कर लो ठीक है इहदी जिहड़ी स्पीड हो गई अपनी 50 बटे 3 हो गई ठीक है। हुण फिर उही गल कि डिस्टेंस जिहड़ी आ डिस्टेंस किन्नी कैलकुलेट करूगा डिस्टेंस उही जिहड़ी आ 250 ठीक है 250 मीटर स्पीड अपनी एस ये हैगी अपनी 50 बटे 3 मीटर पर सैकेंड। हुण मैं तुहानूं ना यूनिटां दा भी हिसाब किताब दसूंगा जे तुहानूं इहदे विच ना डाउट हैगी जां कुछ हैगी आ तुसीं मैनूं लिख सकदे हो मैं तुहानूं क्योंकि मैं फिजिक्स बैकग्राउंड तों हां मैं तुहानूं बहुत चीज़ां डिटेल दे विच तुहानूं दस सकदा। तो हुण आपां टाइम कैलकुलेट करना समा बराबर दूरी बटा गति मतलब कि डिस्टेंस ओवर स्पीड 250 बटे 50 बटे 3 हुण देखो आ मीटर ते आ मीटर पर सैकेंड। हुण देखो मीटर ना मीटर कट गया थले सैकेंड उपर चल जाना ते ये अपना 250 बटे 50 गुणा 3 तो हुण आह देखो ये हो गया अपना 5 ये अपना आंसर आ गया 15 सैकेंड ठीक है। ये मतलब कि अपना आ गया 15 सैकेंड दे विच वो उन्हें क्रॉस कर जाऊगी जदों वो ऑपोजिट डायरेक्शन दे विच जांदियां हुण उल्ट ते जे वो सेम डायरेक्शन दे विच जांदियां हुण फिर लगदे आ 45 सैकेंड। तो मैं आस करदा तुहानूं ये चीज़ां समझ आ चुकियां होणगियां।
थैंक यू वेरी मच। जिन जिहड़े लोग मैथ सीखना चाहुंदे आ उन्हां दे नाल मेरा चैनल सांझा करो, क्योंकि मैं कोई रट्टा रुट्टा मारना नहीं सिखाउंदा, ते मतलब आपां कंसैप्ट डिस्कस करीदे आ। ते पंजाब दे विच इह कहा जांदा है कि कंसैप्ट मतलब कि पंजाबियों नूं मैथ नहीं आउंदा, पर आपां इह चीज़ां इह धारणा तोड़नी आ। ते थैंक यू वेरी मच।